ਲੋ ਜੀ ਆ ਗਿਆ ਹੈ ਫਰਾਈਡੇ ਤੇ ਮੈਂ ਸਾਇਰਾ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਰਿਆਂ ਦੇ ਲਈ ਫਿਲਮੀ ਰਿਵਿਊ। ਗਾਈਜ਼, ਅੱਜ ਜਿਹੜੀ ਬਾਲੀਵੁੱਡ ਫਿਲਮ ਰਿਲੀਜ਼ ਹੋਈ ਹੈ ਉਸਦਾ ਨਾਮ ਹੈ ਦੇ ਦੇ ਪਿਆਰ ਦੇ, ਜਿਸ ਦੇ ਵਿੱਚ ਮੀਨ ਲੇਟ ਦੇ ਵਿੱਚ ਨਜ਼ਰ ਆ ਰਹੇ ਨੇ ਅਜੇ ਦੇਵਗਨ, ਤਾਬੂ ਐਂਡ ਰਾਕੁਲ ਪ੍ਰੀਤ ਸਿੰਘ। ਹੁਣ ਤੁਹਾਨੂੰ ਇਹ ਦੱਸ ਦੇ ਕਿ ਇਸ ਫਿਲਮ ਨੂੰ ਡਾਇਰੈਕਟ ਕਿਨੇ ਕੀਤਾ ਹੈ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਆਕਿਫ ਅਲੀ ਨੇ, ਐਂਡ ਦਿਸ ਇਜ਼ ਦੀ ਵੈਰੀ ਫਸਟ ਟਾਈਮ ਹੀ ਇਜ਼ ਡਾਇਰੈਕਟਿੰਗ ਅ ਫਿਲਮ, ਯਾਨੀ ਕਿ ਉਹਨਾਂ ਦਾ ਡਾਇਰੈਕਸ਼ਨਲ ਡੈਬਿਊ ਹੈ। ਹੁਣ ਇਹ ਦੱਸ ਦੇ ਕਿ ਇਸ ਫਿਲਮ ਦੀ ਰਾਈਟਿੰਗ ਕਿਨੇ ਕੀਤੀ ਹੈ ਲਵ ਰੰਜਨ, ਜਿਨ੍ਹਾਂ ਨੇ ਸੋਨੂ ਕੇ ਟੀ ਟੂ ਕੀ ਸਵੀਟੀ, ਪਿਆਰ ਕਾ ਪੰਚਨਾਮਾ, ਪਿਆਰ ਕਾ ਪੰਚਨਾਮਾ 2, ਇਹੋ ਜਿਹੀਆਂ ਫਿਲਮਾਂ ਲਿਖੀਆਂ ਨੇ ਉਹਨਾਂ ਨੇ ਹੀ ਫਿਲਮ ਦੇ ਪਿਆਰ ਦੇ ਲਿਖੀ ਹੈ। ਹੁਣ ਗੱਲ ਕਰਦੇ ਹਾਂ ਇਸ ਫਿਲਮ ਦੀ ਸਟੋਰੀ ਲਾਈਨ ਦੀ, ਇਸ ਫਿਲਮ ਦੇ ਪਲੋਟ ਦੀ। ਦੱਸ ਦੇ ਤੁਹਾਨੂੰ ਗਾਈਜ਼ ਕਿ ਇਹ ਜਿਹੜੀ ਫਿਲਮ ਹੈ ਇਹਦੀ ਜਿਹੜੀ ਸਟੋਰੀ ਲਾਈਨ ਹੈ ਉਹ ਟ੍ਰੇਲਰ ਤੋਂ ਆਲਮੋਸਟ ਕਲੀਅਰ ਹੈ, ਵਿਚ ਇਜ਼ ਕਿ ਜੋ ਅਜੇ ਦੇਵਗਨ ਦਾ ਕਿਰਦਾਰ ਹੈ ਉਹ ਇੱਕ 50+ ਏਜ ਗਰੁੱਪ ਦਾ ਇਨਸਾਨ ਹੈ ਜਿਹਨੂੰ 25 ਸਾਲ ਦੀ ਕੁੜੀ ਨਾਲ ਪਿਆਰ ਹੋ ਜਾਂਦਾ, ਯਾਨੀ ਕਿ ਆਪਣੇ ਤੋਂ ਅੱਧੀ ਉਮਰ ਦੀ ਕੁੜੀ ਦੇ ਨਾਲ ਪਿਆਰ ਹੋ ਜਾਂਦਾ, ਔਰ ਉਹਦੀ ਇੱਕ ਐਕਸ ਵਾਈਫ ਹੈ ਜੋ ਕਿ ਤੱਬੂ ਨਿਭਾ ਰਹੇ ਨੇ। ਸੋ ਜੀ, ਆਇਸ਼ਾ ਦਾ ਕਿਰਦਾਰ ਜੋ ਨਿਭਾਇਆ ਹੈ ਰਾਕੁਲ ਪ੍ਰੀਤ ਸਿੰਘ ਨੇ, ਇਟ ਵਾਸ ਵੈਰੀ ਗੁੱਡ। ਤੱਬੂ ਦਾ ਕੰਮ ਐਜ਼ ਯੂਜੁਅਲ ਬਹੁਤ ਸੋਹਣਾ ਸੀਗਾ, ਐਂਡ ਨੋਟ ਟੂ ਫਰਗੈਟ ਦੀ ਹਿਲੇਰੀਅਸ ਕੋਮਿਕ ਟਾਈਮਿੰਗ ਆਫ ਅਜੇ ਦੇਵਗਨ। ਸੋ ਜੀ, ਇਹ ਤਾਂ ਮੇਰਾ ਰਿਵਿਊ ਸੀਗਾ ਕਿ ਫਿਲਮ ਬਹੁਤ ਸੋਹਣੀ ਹੈ, ਫਿਲਮ ਨੇ ਬਹੁਤ ਸੋਹਣਾ ਕੰਮ ਕੀਤਾ, ਲੇਕਿਨ ਪਬਲਿਕ ਦਾ ਕੀ ਕਹਿਣਾ ਹੈ ਕਿ ਉਹਨਾਂ ਨੂੰ ਇਹ ਫਿਲਮ ਇੰਜੋਏਬਲ ਲੱਗੀ ਜਾਂ ਨਹੀਂ, ਆਓ ਪਬਲਿਕ ਕੋਲ ਲਿਜਾਣ ਲਈ। ਮੂਵੀ ਕਿੱਦਾਂ ਦੀ ਲੱਗੀ ਮੈਮ? ਮੂਵੀ ਬਹੁਤ ਅੱਛੀ ਥੀ, ਬਹੁਤ ਸਾਰੀ ਚੀਜ਼ਾਂ ਥੀ ਇਸਮੇ ਸਮਝਨੇ ਕੇ ਲੀ, ਜੋ ਅਬ ਹੋ ਰਹਾ ਹੈ, ਲਾਈਕ ਮੀਨ ਸਭਕੋ ਆਪਣੀ ਆਪਣੀ ਲਾਈਫ ਕੋ ਜੀਨੇ ਕਾ ਹੱਕ ਹੋਣਾ ਚਾਹੀਏ, ਇਸਮੇ ਕੁਛ ਵੀ ਗਲਤ ਨਹੀਂ ਥਾ, ਇਟਸ ਗੁੱਡ। ਬਹੁਤ ਵਧੀਆ ਮੂਵੀ ਹੈ। ਕਿਹੜੀ ਫਿਲਮ ਦੇਖ ਕੇ ਆਏ ਹੋ? ਸਭ ਤੋਂ ਸੋਹਣੀ ਐਕਟਿੰਗ ਕੀਤੀ ਅਜੇ ਦੇਵਗਨ ਦੀ, ਨਹੀਂ ਤਾਂ ਤੱਬੂ ਦੇ ਦੂਜੇ ਨੰਬਰ ਤੇ ਸੀ। ਆਊਟ ਆਫ 5 ਕਿੰਨੇ ਸਟਾਰ? 5 10 5 10 ਆਊਟ ਆਫ 5 ਕਿੰਨੇ ਸਟਾਰ? ਆਈ ਵਿਲ ਗਿਵ ਇਟ 4 ਸਟਾਰਸ। 5 ਸਟਾਰ 3 5 ਟੂ 5। ਸੋ ਜੀ, ਅਜੇ ਦੇਵਗਨ ਦੀ ਫਿਲਮ ਦੇ ਦੇ ਪਿਆਰ ਦੇ ਦੇ ਬਾਰੇ ਆਡੀਅੰਸ ਦਾ ਕੀ ਕਹਿਣਾ ਹੈ ਤੇ ਅਸੀਂ ਜਾਣ ਲਿਆ ਹੈ। ਤੇ ਹੁਣ ਆਖਿਰ ਦੇ ਵਿੱਚ ਟਾਈਮ ਹੈ ਮੇਰਾ ਇਸ ਫਿਲਮ ਨੂੰ ਲੈ ਕੇ ਕੀ ਵਰਡਿਕਟ ਹੈ, ਯਾਨੀ ਕਿ ਕੀ ਰੇਟਿੰਗ ਹੈ ਉਹ ਦੱਸਣ ਦਾ। ਸੋ ਗਾਈਜ਼, ਆਈ ਫੀਲ ਕਿ ਇਟ ਵਾਸ ਅ ਕੰਪਲੀਟ ਫੈਮਿਲੀ ਐਂਟਰਟੇਨਰ, ਬਹੁਤ ਸੋਹਣੀ ਫਿਲਮ ਸੀ। ਇਹਦੇ ਵਿੱਚ ਕਾਮੇਡੀ ਵੀ ਸੀ, ਡਰਾਮਾ ਵੀ ਸੀ, ਇਮੋਸ਼ਨਸ ਵੀ ਸੀ, ਐਂਡ ਇਟਸ ਅ ਕੰਪਲੀਟ ਟੋਟਲ ਪੈਕੇਜ। ਸੋ ਆਈ ਗਿਵ ਦਿਸ ਫਿਲਮ ਦੇ ਦੇ ਪਿਆਰ ਦੇ ਅ 3.5 ਸਟਾਰ। ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਲਾਹਾ ਲੈਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਵਿਜ਼ਨ ਪੰਜਾਬ ਟੀਵੀ, ਤੇ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਣਾ, ਤੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ।